ਹਾਂਜੀ, ਜੇ ਆਪਾਂ ਮੌਨਸੂਨ ਦੀ ਗੱਲ ਕਰੀਏ ਤਾਂ ਅਗਸਤ ਦੇ ਵਿੱਚ ਸਾਡੇ ਕੋਲ ਜਿਹੜੀ ਪੋਜੀਸ਼ਨ ਹੈ ਕਾਫੀ ਬੈਟਰ ਰਹੀ ਹੈ ਪਿਛਲੇ ਜਿਹੜੇ ਮੰਥਸ ਆ ਉਹਨਾਂ ਦੇ ਕੰਪੈਰੇਟਿਵਲੀ। ਜਿਸ ਤਰ੍ਹਾਂ ਕਿ ਜੁਲਾਈ ਦੇ ਵਿੱਚ ਸਾਡੇ ਕੋਲ 33% ਡੈਫਿਸਿਟ ਸੀਗਾ ਪੰਜਾਬ ਦੇ ਵਿੱਚ, ਪਰ ਅਗਸਤ ਦੇ ਵਿੱਚ ਦੋਨੋਂ ਹਫ਼ਤਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਨੋਰਮਲ ਤੋਂ ਜ਼ਿਆਦਾ ਰਹੀ ਹੈ। ਪਹਿਲੇ ਹਫ਼ਤੇ ਜਿਹਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 48 mm ਜਿਹੜੀ ਬਾਰਿਸ਼ ਹੋਣੀ ਚਾਹੀਦੀ ਹੈ ਤਾਂ, ਪਰ ਸਾਡੇ ਕੋਲ 70 mm ਤੱਕ ਬਾਰਿਸ਼ ਰਿਕਾਰਡ ਕੀਤੀ ਗਈ। ਦੂਸਰੇ ਹਫ਼ਤੇ ਦੇ ਵਿੱਚ ਵੀ ਸਾਡੇ ਕੋਲ 40 mm ਤੱਕ ਹੋਣੀ ਚਾਹੀਦੀ ਹੈ ਅਤੇ 68 mm ਤੱਕ ਰਿਕਾਰਡ ਕੀਤੀ ਗਈ। ਸੋ ਇਹ ਜਿਹੜੀ ਬਾਰਿਸ਼ ਦੋਨੋਂ ਹਫ਼ਤਿਆਂ ਦੇ ਵਿੱਚ ਨੋਰਮਲ ਤੋਂ ਜ਼ਿਆਦਾ ਰਹੀ ਹੈ, ਉਹਨੇ ਸਾਡਾ ਜਿਹੜਾ ਪਿਛਲਾ ਡੈਫਿਸਿਟ ਆ ਉਹਨੂੰ ਕਾਫੀ ਹੱਦ ਤੱਕ ਕਵਰ ਕੀਤਾ ਹੈ ਔਰ ਅਸੀਂ ਹੁਣ ਮਤਲਬ ਥੋੜ੍ਹੀ ਜਿਹੀ ਬੈਟਰ ਪੋਜੀਸ਼ਨ ਦੇ ਵਿੱਚ ਹੈਗੇ ਹਾਂ। ਜੇ ਟੈਂਪਰ ਇਹਦੇ ਨਾਲ ਹੋਰ ਵੀ ਇਹ ਫਾਇਦਾ ਹੋਇਆ ਕਿ ਜਿਸ ਤਰ੍ਹਾਂ ਜਿਹੜੇ ਵੀ ਫਸਲਾਂ ਨੂੰ ਪਾਣੀ ਦੀ ਲੋੜ ਸੀਗੀ ਉਹ ਥੋੜ੍ਹੀ ਬਾਰਿਸ਼ ਦੇ ਨਾਲ ਉਹ ਕਵਰ ਅਪ ਹੋ ਗਈ, ਉਹਨਾਂ ਦੀ ਪਾਣੀ ਦੀ ਪੂਰਤੀ ਉਹਦੇ ਨਾਲ ਹੋ ਗਈ ਕਿਉਂਕਿ 1-2 ਇਰੀਗੇਸ਼ਨਸ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਫੁਲਫਿਲ ਹੋ ਗਈ ਹੈ। ਦੂਸਰਾ ਇਹਦੇ ਨਾਲ ਟੈਂਪਰੇਚਰਸ ਕਾਫੀ ਫਾਲ ਹੋਏ ਨੇ, ਜਿਸ ਤਰ੍ਹਾਂ ਕਿ ਪਹਿਲਾਂ ਟੈਂਪਰੇਚਰਸ ਜਿਹੜੇ ਸੀ ਅਬਵ ਨੋਰਮਲ ਚੱਲ ਰਹੇ ਸੀ, 4-5 ਡਿਗਰੀਜ਼ ਅਬਵ ਨੋਰਮਲ ਸੀਗੇ ਬੋਥ ਟੈਂਪਰੇਚਰਸ ਮੈਕਸੀਮਮ ਅਤੇ ਮਿਨੀਮਮ ਵੀ। ਬਟ ਜਿਸ ਤਰ੍ਹਾਂ ਕਿ ਇਹ ਬਾਰਿਸ਼ ਹੋਈ ਹੈ ਇਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਉਹ ਬਿਲਕੁਲ ਨੋਰਮਲ ਹੋ ਗਏ ਨੇ। ਹੁਣ ਜਿਸ ਤਰ੍ਹਾਂ ਕਿ ਸਾਡੇ ਕੋਲ ਕੱਲ੍ਹ 30 degree ਟੈਂਪਰੇਚਰ ਮੈਕਸੀਮਮ ਰਿਕਾਰਡ ਕੀਤਾ ਗਿਆ ਅਤੇ 24 degree ਜਿਹੜਾ ਉਹ ਮਿਨੀਮਮ ਰਿਕਾਰਡ ਕੀਤਾ ਗਿਆ। ਸੋ ਬਟ ਇਹਦੇ ਨਾਲ ਇਹ ਹੈ ਕਿ ਜਿਹੜਾ ਹਿਊਮਿਡਿਟੀ ਲੈਵਲ ਜਿਹੜਾ ਉਹ ਕਾਫੀ ਰਾਈਜ਼ ਹੋਇਆ। ਸੋ ਇਹਦੇ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਜਿਹੜੀਆਂ ਵੀ ਫਸਲਾਂ ਦੇ ਵਿੱਚ ਇੰਨੀ ਹਿਊਮਿਡਿਟੀ ਦੇ ਨਾਲ ਕੋਈ ਅਟੈਕ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਫੰਗਸ ਦੀ ਪ੍ਰੋਬਲਮ ਆ ਰਹੀ ਹੈ ਕਿ ਪਾਣੀ ਜਿਹੜਾ ਖੇਤਾਂ ਦੇ ਵਿੱਚ ਆਪਾਂ ਖੜ੍ਹਾ ਨਹੀਂ ਰਹਿਣ ਦੇਣਾ, ਉਹਨੂੰ ਨਾਲ ਦੀ ਨਾਲ ਜਿਹੜਾ ਡਰੇਨ ਆਊਟ ਕਰਦੇ ਰਹਿਣਾ ਚਾਹੀਦਾ। ਅਤੇ ਜਿੱਥੇ ਵੀ ਕਿਤੇ ਕੋਈ ਤੁਹਾਨੂੰ ਲੱਗ ਰਿਹਾ ਕਿ ਕੋਈ ਪ੍ਰੋਬਲਮ ਹੈਗੀ ਹੈ ਉੱਥੇ ਫਿਰ ਉਹਨੂੰ ਆਇਡੈਂਟੀਫਾਈ ਕਰਕੇ, ਕਿਉਂਕਿ ਪ੍ਰੋਪਰ ਮੋਨੀਟਰਿੰਗ ਕਰਦੇ ਰਹੋ ਜਿੱਥੇ ਜਦੋਂ ਵੀ ਆਇਡੈਂਟੀਫਾਈ ਹੁੰਦੀ ਹੈ ਪ੍ਰੋਬਲਮ, ਅਤੇ ਐਕਸਪਰਟਸ ਨਾਲ ਡਿਸਕਸ ਕੀਤਾ ਜਾਏ ਤਾਂ ਕਿ ਉਹਨੂੰ ਜਲਦੀ ਤੋਂ ਜਲਦੀ ਆਪਾਂ ਨੂੰ ਉਹਦਾ ਇਲਾਜ ਲੱਭ ਸਕੀਏ। ਆਉਣ ਵਾਲੇ ਦਿਨਾਂ 'ਚ ਮੈਮ ਟੈਂਪਰੇਚਰ ਰਾਈਜ਼ ਹੋਣਗੇ ਅਤੇ ਬਾਰਿਸ਼ ਦੀ ਕੋਈ ਉਮੀਦ ਹੈਗੀ ਹੈ, ਕੋਈ ਅਲਰਟ ਵਗੈਰਾ? ਅਲਰਟ ਤਾਂ ਦੇਖੋ ਐਜ਼ ਇਟ ਇਜ਼ ਸਾਡੇ ਕੋਲ ਕੋਈ ਹਲੇ ਹੈ ਨਹੀਂ ਗਾ, ਕਿਉਂਕਿ ਮੌਨਸੂਨ ਜਿਹੜੀ ਉਹਦੀ ਥੋੜ੍ਹੀ ਜਿਹੀ ਤਾਂ ਬੈਕ ਪੁਸ਼ ਮਿਲੀ ਹੈ, ਬਟ ਹੁਣ ਫਿਰ ਥੋੜ੍ਹਾ ਜਿਹੜਾ ਟੈਂਪਰੇਚਰ ਰਾਈਜ਼ ਹੋਣਾ ਸ਼ੁਰੂ ਹੋਇਆ, ਬਟ ਹਲੇ 2-3 ਜਿਹੜਾ ਟੈਂਪਰੇਚਰਸ ਸਾਡੇ ਕੋਲ ਕੰਫਰਟੇਬਲ ਹੀ ਰਹਿਣਗੇ। ਟੁੱਟਵੀਂ ਜਿਹੜੀ ਬਾਰਿਸ਼ ਆ ਹੋ ਸਕਦੀ ਹੈ, ਕਿਤੇ ਕਿਤੇ ਆਈਸੋਲੇਟਡ ਸ਼ਾਵਰਸ ਦੀ ਐਕਸਪੈਕਟੇਸ਼ਨਸ ਹੈਗੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਹੁਣ 2nd fortnight ਆਫ ਅਗਸਤ ਹੈ ਉਹਦੇ ਵਿੱਚ ਵੀ ਜਿਹੜੀ ਬਾਰਿਸ਼ ਹੈ ਉਹ ਅੱਛੀ ਹੋਏ, ਤਾਂ ਕਿ ਜਿਹੜਾ ਆਪਣਾ ਜਿਹੜੀ ਬਾਰਿਸ਼ ਇਹਦੀ ਅਗਸਤ ਦੀ ਹੁੰਦੀ ਹੈਗੀ ਹੈ ਨੀਅਰ ਅਬਾਊਟ 190 mm ਨੋਰਮਲੀ ਹੁੰਦੀ ਹੈ, ਤਾਂ ਉਹਨੂੰ ਅਸੀਂ ਮਤਲਬ ਕਵਰ ਅਪ ਕਰ ਸਕੀਏ।